हेलो गाइस, की हाल है जी? थोड़े सारे थोड़ा बहुत बस वाला साडे YouTube चैनल ते इंद्र एंड की। किरण। सो गाइस, जिवें कि तुसी देख रहे हो, आज अज है हैगी गा यार जी वेडिंग डे। वेडिंग डे। सो जिवें कि थोनू सारे नु पता कि साडी लव मैरिज सीगी, ते साडे लई इह दिन बहुत ज्यादा स्पेशल सीगा। असी बहुत ज्यादा खुश सीगे दोवें उस दिन। ते गाइस, मैं पग भी आप बन्नी सी बाय द वे। हां इंद्र, मेरे मैं कितनी बारी कह इंद्र ते पग बन्नी, मैनू बहुत सोहनी लगदी आ। पग मैं सोहनी बन लेना वैसे भी। बन्ना करो फिर बन्ने आहा तलवार फड़ा रहे ने इंदर नू। उदों ना मैं खुश बड़ा सी, मैं सीधी उठ खड़ा सी सवेरे ब्रदर दी फैमिली पाली जुत्ती जाए खुश पूरा मुंडा ए ए खुशियां है कलगी ला सकदे या फिर सेहरा कुछ भी ला सकते, थोड़ी मर्जी आ। सो इंदर ने कलगी लाई सी, इथे सारी फैमिली भाभी जी बड़े सोहने लग रहे ने। वैसे मैं दी कहनी हां इंदर दे भाभी ने। मामा जी कुड़िया ते भूआ जी कुड़िया सी, बड़ी मुश्किल वसाई सी, बड़ी मुश्किल बिठाया होया सी। मामा जी दी बेटियां ना शगन दिंदे हुए, ते चाचा चाची जी, शाली छोटे हुंदे भी पिक्चर्स देखो ना, बिलकुल सारा अली खान लगदे, बिलकुल डिटो। मैं हुण गई सी ना, ते मैं पिक्चर्स देखियां सीगियां। इहने दादी जी साडे ते भूआ जी
ਸੋ ਗਾਇਸ ਇੱਥੇ ਐਂਟਰੀ ਹੋ ਰਹੀ ਹੈ ਜੀ ਮੇਰੇ ਮੰਮਾ ਪਾਪਾ ਚਾਚੂ ਚਾਚੀ ਮਾਸੀ ਐਂਟਰੀ ਲੈ ਰਹੇ ਨੇ ਤੇ ਇੱਧਰ ਇੰਦਰ ਦੀ ਐਂਟਰੀ ਹੋ ਰਹੀ ਆ ਸੋ ਮੰਮਾ ਨੇ ਆਫ ਕੋਰਸ ਪਹਿਲਾਂ ਚਲੇ ਗਏ ਸੀਗੇ ਉਹਨਾਂ ਸਪੈਸ਼ਲ ਜਿਹਾ ਫੀਲ ਹੋ ਰਿਹਾ ਸੀ ਹੋਣਾ ਹੀ ਸੀ ਸਪੈਸ਼ਲ ਡੇ ਸੀਗਾ ਤੇ ਐਂਟਰੀ ਚੁੱਗਾ ਚੜਿਆ ਪਿਆ ਵੀ ਥੱਲੇ ਲਾ ਲਿਆ ਹੈ ਆਟੋਮੈਟਿਕ ਤੂੰ ਕਹਿ ਤਾ ਥੱਲੇ ਉਤਰ ਗਿਆ ਤੇ ਇੱਥੇ ਸਾਰੇ ਮੇਨ ਲੋਜ ਦੀ ਐਂਟਰੀ ਹੋ ਰਹੀ ਆ ਨੂਰ ਨੂੰ ਟਿਕਾਣਾ ਬੜਾ ਔਖਾ ਜੇ ਕਿਊਟ ਹੀ ਪਾਈ ਆ ਸਾਡੀ ਕਿਊਟ ਹੀ ਪਾਈ ਅਸੀਂ ਬੈਠੇ ਵੀ ਸੀ ਉੱਥੇ ਵੀ ਸਾਰੇ ਫੁੱਲ ਤੋੜ ਤੋੜ ਮਾਰੇ ਨੇ ਬਹੁਤ ਜ਼ਿਆਦਾ ਸ਼ਰਾਰਤੀ ਆ ਇੱਥੇ ਮਿਲਣੀ ਹੋਊਗੀ ਇਹ ਮੇਰੇ ਮਾਮਾ ਜੀ ਨੇ ਸਾਰੇ ਸੋ ਗਾਇਸ ਅਸੀਂ ਨੇ ਮਿਲਣੀ ਚ ਕੋਈ ਸੋਨਾ ਸੋਨਾ ਨਹੀਂ ਪਾਇਆ ਸੀਗਾ ਇੱਕ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਕੁਝ ਨਹੀਂ ਪਾਇਆ ਸੀਗਾ ਸਿਰਫ ਨਾਰਮਲ ਸਾਲੀਆਂ ਨਾਕਾ ਪਤਾ ਨੀ ਕਿਹੜੇ ਰਿੰਗ ਜੀ ਲੈ ਕੇ ਆਏ ਸੀਗੇ ਉਹ ਕਾਹਦੀ ਰਿੰਗ ਸੀ ਉਹ ਬ੍ਰਦਰ ਲੈ ਕੇ ਆਏ ਵੱਡੀ ਸਾਹਿਬ ਪਤਾ ਨੀ ਕੋਈ ਉਹ ਮਸ਼ੀਨਰੀ ਰਿੰਗ ਜੀ ਸੀਗੀ ਸ਼ਗਣੀ ਬੜੀ ਮੁਸ਼ਕਿਲ ਨਾਲ ਨਿਬੜਿਆ ਸੀਗਾ 1200 ਬੰਦਾ ਆਇਆ ਸੀਗਾ 1200 ਬੰਦਾ ਤੇ ਜਿਹੜੇ ਸ਼ੈਲੀ ਦੇ ਹਜੇ ਤਾਂ ਮੇਰੇ ਵਿਆਹ ਤੇ ਹਜੇ ਘੱਟ ਬੁਲਾਏ ਸੀ ਮੈਂ ਕਹਿਤਾ ਸੀ ਮੈਂ ਏਡਾ ਇਕੱਠ ਕਾਹਨੂੰ ਕਰਨਾ ਸ਼ੈਲੀ ਦੇ ਬ੍ਰਦਰ ਦੇ ਵਿਆਹ ਨੂੰ 1500 ਬੰਦਾ ਆਇਆ ਸੀਗਾ ਬਹੁਤ ਜ਼ਿਆਦਾ ਇਕੱਠ ਸੀਗਾ ਸ਼ਗਨ ਚ ਸਾਰਾ ਟਾਈਮ ਲੰਘ ਜਾਂਦਾ ਸੀਗਾ ਉਹਦਾ ਤਾਂ ਸੀਰੀਅਸਲੀ ਸ਼ਗਨ ਚ ਟਾਈਮ ਲੱਗ ਗਿਆ ਸਾਰਾ ਮੈਂ ਤੁਹਾਨੂੰ ਇੱਥੇ ਸਾਡੀ ਐਂਟਰੀ ਹੋ ਰਹੀ ਆ ਆ ਮੈਨੂੰ ਬੜਾ ਵਧੀਆ ਲੱਗਿਆ ਸੀ ਇਹ ਹਨਾ ਇੰਦਰ ਆਪਾਂ ਡਾਂਸ ਕਰਾਂਗੇ ਮੈਂ ਤਾਂ ਖੁੱਲ ਕੇ ਡਾਂਸ ਕਰੂੰਗੀ ਮੈਂ ਨੀ ਸੰਗਦੀ ਉੱਥੇ ਇੰਦਰ ਵੀ ਸੰਗੀ ਗਿਆ ਉੱਥੇ ਕੀਰਤ ਵੀ ਸੰਗੀ ਗਈ ਮੇਰੇ ਤੋਂ ਨੀ ਹੋਇਆ ਮੈਂ ਇੰਨੀ ਸ਼ਰਮਾਰੀ ਸੀਗੀ ਬਸ ਮਾੜਾ ਜਿਹਾ ਕੀਤਾ ਹਨਾ ਉਹ ਵੀ ਮੈਂ ਇੰਦਰ ਨੂੰ ਕਹੀ ਜਾਵਾਂ ਬਸ ਬਸ ਬਟ ਆ ਵਾਲੇ ਮੂਮੈਂਟ ਸੀ ਬਹੁਤ ਜ਼ਿਆਦਾ ਸਪੈਸ਼ਲ ਆ ਮੈਨੂੰ ਬੜੀ ਸ਼ਰਮ ਆ ਰਹੀ ਸੀ ਬਈ ਬਈ ਸਾਰੇ ਬੈਠੇ ਆ ਮੈਂ ਕਰਨਾ ਮੈਂ ਕਦੇ ਸੋਚਿਆ ਨੀ ਸੀ ਬਈ ਮੈਂ ਇੰਨਾ ਸ਼ਰਮਾਉਂਗੀ ਬਟ ਆਟੋਮੈਟਿਕਲੀ ਲਹਿੰਗੇ ਨਾਲ ਵੀ ਬੜਾ ਖਾਇਆ ਫਿਰ ਉਹਦੇ ਸਾਰੀ ਫੈਮਿਲੀ ਆ ਗਈ ਸੀਗੀ ਡਾਂਸ ਕਰਨ ਤੇ ਜੀ ਡਾਂਸ ਕੀਤਾ ਮੈਂ ਨਾ ਐਕਚੁਅਲੀ ਸ਼ੈਲੀ ਨੂੰ ਪਹਿਲਾਂ ਕਿਹਾ ਸੀ ਜਦੋਂ ਵਿਆਹ ਤੋਂ ਪਹਿਲਾਂ ਅਸੀਂ ਮਿਲੇ ਸੀ ਪਟਿਆਲੇ ਸ਼ੋਪਿੰਗ ਸ਼ੁਪਿੰਗ ਮਾੜੇ ਮੋਟੇ ਕਰਦੇ ਹੁੰਦੇ ਸੀ ਹਨਾ ਤੇ ਉਦੋਂ ਕਿਹਾ ਸੀ ਮੈਂ ਕਿਹਾ ਸ਼ੈਲੀ ਤੂੰ ਮੈਨੂੰ ਡਾਂਸ ਕਰਾ ਲਈ ਹਨਾ ਕਿ ਮੈਂ ਆਪ ਤਾਂ ਕਰ ਨੀ ਪਾਊਂਗੀ ਪਰ ਮੈਂ ਕਰਨਾ ਆਪਣੇ ਵਿਆਹ ਤੇ ਡਾਂਸ ਫਿਰ ਉਹ ਮੈਨੂੰ ਆ ਕੇ ਕਹੀ ਜਾਵੇ ਹੁਣ ਕਰੋ ਡਾਂਸ ਕਰੋ ਫਿਰ ਵੀ ਨਾ ਹੋਵੇ ਮੇਰੇ ਤੋਂ ਇੰਨੀ ਮੈਨੂੰ ਸ਼ਰਮ ਆਈ ਜਾਂਦੀ ਸੀਗੀ ਸੋ ਗਾਇਸ ਇੱਥੇ ਫਰੈਂਡਸ ਦੀ ਐਂਟਰੀ ਹੋ ਗਈ ਜੀ ਇਹਨਾਂ ਨੇ ਵੀ ਬੜਾ ਗਾ ਪਾਇਆ ਬਹੁਤ ਗਾ ਪਾਇਆ ਸੀਰੀਅਸਲੀ ਬਟ ਫਨ ਨੇ ਪੂਰੇ ਸਾਰੇ ਵਧੀਆ ਇੰਜੋਏ ਕੀਤਾ ਹਾਂ ਕੋਈ ਐਵੇਂ ਕਿ ਲੜਾਈ ਲੜੂਈ ਵਾਲੀ ਕੰਮ ਤੋਂ ਬਚੇ ਰਹੇ ਬਸ ਉਹੀ ਹੁੰਦਾ ਹਨਾ ਵੀ ਵਿਆਹ 'ਚ ਲੜਾਈ ਲੜੂਈ ਨਾ ਪੈ ਜਾਏ ਬਾਕੀ ਫਨ ਫੁਨ ਤਾਂ ਚਲੋ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਕਰੇ ਕਰੇ ਹਨਾ ਸਹੀ ਗੱਲ ਆ
ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸੀਗਾ ਵਿਆਹ ਤੇ ਤੇ ਵਧੀਆ ਲੱਗਿਆ ਐਂਡ ਉਹਦੇ ਸਾਡੀ ਸਟੇਜ ਤੇ ਐਂਟਰੀ ਹੋਈ ਸੀ ਕਿ ਯੈਸ ਇੱਥੇ ਕਿੱਦਾਂ ਦੀ ਫੀਲਿੰਗ ਸੀ ਇੱਥੇ ਵੀ ਮੇਰਾ ਤਾਂ ਮੈਂ ਤਾਂ ਨਰਵਸ ਹੀ ਰਹੀ ਹਾਂ ਨਰਵਸ ਰਹੀ ਹਾਂ ਮੈਂ ਨਰਵਸ ਰਹੀ ਹਾਂ ਬਟ ਮੇਰੀ ਰਿੰਗ ਨਾ ਬ੍ਰਦਰ ਨੇ ਕੱਢ ਲਈ ਸੀਗੀ ਪਹਿਲਾਂ ਉਹ ਤੁਹਾਨੂੰ ਸਾਰਿਆਂ ਨੂੰ ਸਟੋਰੀ ਦੱਸੀ ਹੋਈ ਆ ਕਿ ਇੰਦਰ ਦੇ ਜਿਹੜੇ ਇੰਦਰ ਨੇ ਜਿਹੜੀ ਰਿੰਗ ਮੈਨੂੰ ਪਾਉਣੀ ਸੀ ਉਹ ਬਾਕਸ ਨਾ ਖਾਲੀ ਸੀ ਤੇ ਅਸੀਂ ਦੇਖੀ ਹੋ ਰਿੰਗ ਕਿੱਥੇ ਗਈ ਦੈਨ ਅਸੀਂ ਚੱਕਰਾਂ ਚ ਪੈ ਗਏ ਦੈਨ ਸਾਹਮਣੇ ਵੀਰ ਜੀ ਆ ਕੇ ਐਵੇਂ ਡਾਂਸ ਕਰਨ ਲੱਗ ਗਏ ਵੀ ਬਿਲਕੁਲ ਹੀ ਸੀ ਪ੍ਰੈਂਕ ਕੀਤਾ ਸੀ ਕਾਫੀ ਟਾਈਮ ਤੋਂ ਦੱਸਿਆ ਨਹੀਂ ਕਿਸੇ ਨੇ ਕੋਈ ਘਰ ਦਾ ਵੀ ਨੇੜੇ ਲੱਗਿਆ ਜਾਏ ਨਾ ਸਾਡੇ ਤਾਂ ਵੱਡੇ ਵੀ ਪ੍ਰੈਂਕ ਕਰਦੇ ਸਾਡੇ ਨਾਲ ਸਹੀ ਆ ਤੇ ਫਿਰ ਇੱਥੇ ਸਾਡੀ ਰਿੰਗਸ ਐਕਸਚੇਂਜ ਹੋਈਆਂ ਸੀ ਐਕਚੁਅਲੀ 2 ਸਾਲ ਪਹਿਲਾਂ 2017 ਚ ਮੈਂ ਗਈ ਸੀ ਇੰਡੀਆ ਤਾਂ ਉੱਥੇ ਮੇਰਾ ਨਾ ਰੋਕਾ ਨਹੀਂ ਹੁੰਦਾ ਸ਼ਗਨ ਹੋ ਗਿਆ ਸੀ ਉੱਥੇ ਇੰਦਰ ਵੱਲੋਂ ਮੈਨੂੰ ਰਿੰਗ ਪਾਤੀ ਸੀਗੀ ਹਨਾ ਮੰਮਾ ਉਹਨਾਂ ਨੇ ਤੇ ਉਹਨੂੰ ਅਸੀਂ ਮੰਨਿਆ ਸੀ ਫਿਰ ਅਸੀਂ ਕੋਈ ਪਰਟੀਕੁਲਰਲੀ ਮਤਲਬ ਕਿ ਐਗਜੈਕਟ ਕੋਈ ਐਵੇਂ ਦਾ ਫੰਕਸ਼ਨ ਨਹੀਂ ਰੱਖਿਆ ਰਿੰਗ ਸੈਰੇਮਨੀ ਲਈ ਸੋ ਅਸੀਂ ਉਹਦੀ ਕਰ ਲਈਆਂ ਸੀਗੀ ਐਕਸਚੇਂਜ ਇੱਥੇ ਮਾਸੀ ਮਾਸੜ ਸੀਗੇ ਉਹਨਾਂ ਨੇ ਸਾਰੇ ਕੀਤੇ ਸੀ ਸਾਡੇ ਸ਼ਗਨ ਤੇ ਮੰਮਾ ਪਾਪਾ ਸੀਗੇ ਦੈਨ ਉਰੇ ਸਾਰੇ ਉਹ ਸੀਗੇ ਬੈਠੇ ਹਨਾ ਰਿਸ਼ਤੇਦਾਰ ਫਰੈਂਡਸ ਐਂਡ ਉਰੇ ਸ਼ਗਨ ਪੈ ਰਿਹਾ ਸੀ ਬਈ ਪਹਿਲਾਂ ਤਾਂ ਨਾ ਮੈਂ ਐਨ ਬੜੀ ਪੂਰੀ ਨਾ ਅਟੈਂਟਿਵ ਹੋ ਕੇ ਬੈਠੀ ਸੀਗੀ ਐਨ ਲਾਈਕ ਮੋਢੇ ਮੋਢੇ ਸਿੱਧੇ ਐਵੇਂ ਹਨਾ ਬਈ ਮੈਂ ਥੱਕ ਗਈ ਥੋੜੇ ਟਾਈਮ ਬਾਅਦ ਸਾਡੀ ਸਾਰੀ ਫੈਮਿਲੀ ਆ ਵਾਲੀ ਤੇ ਫਿਰ ਮੈਂ ਨਾ ਥੋੜੇ ਟਾਈਮ ਬਾਅਦ ਥੱਕ ਗਈ ਮੈਂ ਕਿਹਾ ਇੰਦਰ ਪਿੱਛੇ ਹੋ ਕੇ ਬਹਿ ਜਾ ਆਰਾਮ ਨਾਲ ਪਰ ਇੰਦਰ ਤਾਂ ਵਿੱਚੋਂ ਦੇ ਥੱਕ ਵੀ ਗਏ ਸੀ ਪਰ ਮੇਰੀ ਹਰੀਕ ਉਹਦੇ ਤੇ ਸਮਾਈਲ ਏਦਾਂ ਰਹੀ ਗਿਆ ਇਹ ਮਾਮਾ ਜੀ ਉਹਨਾਂ ਦੀ ਨਾਨਕਾ ਫੈਮਿਲੀ ਨਾਨਕਾ ਫੈਮਿਲੀ ਫਰੈਂਡਸ ਫਰੈਂਡਸ ਐਂਡ ਮਾਮਾ ਜੀ ਨਹੀਂ ਮੇਰੇ ਮੇਰੇ ਨਾਨੀ ਕਿਊਟੀ ਪਾਈ ਫਰੈਂਡਸ ਸਾਡੇ ਤੇ ਭੂਆ ਜੀ ਨਹੀਂ ਕੋਮਲ ਖੁਸ਼ੂ ਡੈਡੀ ਜੀ ਤੇ ਮੇਰਾ ਕਜ਼ਨ ਆ ਮੇਰੇ ਤਾਈ ਦਾ ਬੇਟਾ ਤੇ ਇਹ ਮੇਰੇ ਮਾਸੀ ਜੀ ਉਹਨਾਂ ਦੇ ਬੱਚੇ ਸੀਗੇ ਇੱਕ ਬੋਤਲ ਤੇ ਫੋਟੋ ਤੇਰੀ ਚੇਪ ਕੇ ਖਾਲੀ ਕਰ ਕੁੜੇ ਮੰਜੇ ਥੱਲੇ ਰੋੜਦੀ ਸੁਬਾ ਸੁਬਾ ਵੈਰ ਨੇ ਤੂੰ ਦਿਲ ਤੋੜਿਆ ਉਹ ਜਿੰਨੇ ਮੇਰੇ ਪੱਕੇ ਬੇਲੀ ਸਭ ਤੋਂ ਫੜੇ ਕਾਰਡ ਕ੍ਰੈਡਿਟ ਜਾਂਦੀ ਮਨ ਟੈਰੋ ਫਾਹੇ ਵੱਡਦੀ ਬਿਨ ਕੇਰੀ ਆਟੋਮੈਟਿਕ ਪਲਾਨਿੰਗ ਦੀ ਏਸੀ ਤੇ ਸੀ ਕਰਕੇ ਤੂੰ ਤਰਕੀ ਨੀ ਮੋਗੇ ਤੇ ਆ ਕੇ ਅੜੀਏ ਕੋਈ ਕਹਿੰਦਾ ਮੇਰੀ ਅੰਮ੍ਰਿਤਸਰੇ ਤੋਂ ਕੋਈ ਜਾਵੜਿਆ ਪਟਿਆਲੇ ਬਈ ਕੋਈ ਕਹਿੰਦਾ ਮੇਰੀ ਚੰਡੀਗੜ੍ਹ ਦੀ ਹੋ ਕੋਈ ਕਹਿੰਦਾ ਮੇਰੀ ਚੰਡੀਗੜ੍ਹ ਦੀ ਕਈ ਆਖਣ ਕੁੜੀਆਂ ਘੈਂਟ ਬਰਨਾਲੇ ਬਈ ਭਾਬੀ ਸਾਡੀ ਭਵਾਨੀਗੜ੍ਹ ਤੋਂ ਭਾਬੀ ਸਾਡੀ ਭਵਾਨੀਗੜ੍ਹ ਤੋਂ ਫੇਲ ਕਰਤੀ ਮੁੰਨੀ ਸ਼ੀਲਾ ਮੇਲਾ ਤੈ ਲੁੱਟਿਆ ਤੇਰੀ ਕਰਵਾੜੀ ਘੈਂਟ ਵਕੀਲਾ ਮੇਲਾ ਤੈ ਲੁੱਟਿਆ ਤੇਰੀ ਕਰਵਾੜੀ ਘੈਂਟ ਵਕੀਲਾ ਮੇਲਾ ਤੈ ਲੁੱਟਿਆ ਭੂਆ ਜੀ ਸੀਗੇ ਵੱਡੇ ਭੂਆ ਜੀ
ਆ ਬਸ ਇੱਥੇ ਜਾਣ ਲੱਗੇ ਸੀ ਫਾਈਨਲੀ ਗਾਇਸ ਹਨੇਰਾ ਹੋ ਗਿਆ ਸੀ ਉਦੋਂ ਜਾਂਦੇ ਪੂਰਾ ਹਨੇਰਾ ਹੋ ਗਿਆ ਸੀਰੀਅਸਲੀ ਸਰਦੀਆਂ ਚ ਇਹ ਔਖਾ ਹੁੰਦਾ ਕਿ ਨਾ ਛੇਤੀ ਹੋ ਜਾਂਦਾ ਹੁੰਦਾ ਕੁਝ ਕਿ ਇਹਨੂੰ ਟਾਈਮ ਵੀ ਬਹੁਤ ਲੱਗ ਗਿਆ ਸੀਗਾ ਸ਼ਗਨ ਪਾਉਣ ਨੂੰ ਬੜਾ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਸਹੀ ਗੱਲ ਸਾਡੀ ਪਿਕਚਰਸ ਨਹੀਂ ਹੋਈਆਂ ਸੀ ਗਾਇਸ ਦੋਨਾਂ ਦੀਆਂ ਫਿਰ ਅਸੀਂ ਖਾਣਾ ਖਾਣ ਪਹੁੰਚ ਗਏ ਸੀਗੇ ਭੁੱਖ ਤਾਂ ਲੱਗੀ ਸੀ ਪਰ ਆਪਣੇ ਵਿਆਹ ਤੇ ਫਿਰ ਵੀ ਖਾਧਾ ਨਹੀਂ ਡਾਂਸ ਵੀ ਜਿਹੜਾ ਪਹਿਲਾਂ ਪਹਿਲਾਂ ਹੋ ਗਿਆ ਸੀਗਾ ਠੀਕ ਆ ਉਸ ਤੋਂ ਬਾਅਦ ਨਹੀਂ ਸੀ ਹੋਣਾ ਬਾਅਦ ਚ ਨਹੀਂ ਕੋਈ ਡਾਂਸ ਹੋਇਆ ਸਾਡਾ ਸਾਡੇ ਪਿਕਚਰਸ ਵੀ ਲਾਈਕ ਘੱਟ ਹੀ ਲਈਆਂ ਸੀ ਜਿਵੇਂ ਕਿਉਂਕਿ ਟਾਈਮ ਨਹੀਂ ਸੀਗਾ ਮੈਨੂੰ ਐਕਚੁਅਲੀ ਪਾਰਲਰ ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਤੇ ਉਹਦਾ ਵੀ ਹੋਇਆ ਸੀ ਇੰਦਰ ਵੀ ਲੇਟ ਹੀ ਆਏ ਸੀ ਤੇ ਇੱਥੇ ਸਾਰੇ ਫੂਡ ਇੰਜੋਏ ਕਰ ਰਹੇ ਆ ਫੂਡ ਬਹੁਤ ਟੇਸਟੀ ਸੀ ਇਹਨਾਂ ਥਾਲੀਆਂ ਵੀ ਬੜੀ ਹਨਾ ਸੋਹਣੀਆਂ ਸੀਗੀਆਂ ਹਾਰਡ ਟਾਈਮ ਗਾਇਸ ਮੈਂ ਦੇਖ ਲਓ ਮੈਂ ਇੰਨੀ ਇਮੋਸ਼ਨਲ ਹੋ ਰਹੀ ਹਾਂ ਤੇ ਆ ਸਰ ਹੱਸ ਰਹੇ ਨੇ ਦੇਖ ਲਓ ਮੇਰਾ ਹਾਸਾ ਐ ਨਿਕਲਿਆ ਸੀ ਮੈਂ ਪਹਿਲਾਂ ਤਾਂ ਕਹਿੰਦੀ ਸੀ ਵੀ ਹਨਾ ਵੀ ਆਪਣਾ ਵਿਆਹ ਕਦੋਂ ਹੋਊਗਾ ਮੈਂ ਕਿਹਾ ਹੁਣ ਵਿਆਹ ਹੋ ਰਿਹਾ ਹੁਣ ਰੋਣ ਲੱਗ ਗਈ ਯਾਰ ਰੋਣਾ ਤਾਂ ਮੈਂ ਸੋਚਿਆ ਨਹੀਂ ਸੀ ਕਿ ਮੇਰਾ ਰੋਣਾ ਆਊਗਾ ਕਿਉਂਕਿ ਆਬਵੀਅਸਲੀ ਮੈਂ ਇੱਥੋਂ ਗਈ ਸੀਗੀ ਹਨਾ ਆਲਰੇਡੀ ਮੈਂ ਦੂਰ ਹੀ ਰਹਿ ਰਹੀ ਸੀ ਪੇਰੈਂਟਸ ਤੋਂ ਬਟ ਪਤਾ ਨਹੀਂ ਉਹ ਫਿਰ ਬਾਅਦ ਚ ਮੈਨੇ ਫਿਰ ਵੀ ਨਾ ਉਹ ਜਿਹੜਾ ਹੁੰਦਾ ਆ ਉਹ ਮੂਮੈਂਟ ਬੜਾ ਹੀ ਉਹ ਸੀਗਾ ਮੰਮਾ ਨਹੀਂ ਇੰਨਾ ਜ਼ਿਆਦਾ ਰੋ ਰਹੇ ਸੀ ਸਾਰੇ ਹੀ ਉਹ ਤੇ ਮੇਰਾ ਡੈਡੀ ਵੀ ਰੋਣ ਲੱਗ ਗਿਆ ਹੋਰ ਕੀ ਮੈਂ ਤਾਂ ਲਾਜ਼ ਵੀ ਰੋ ਰਹੇ ਸੀ ਵਿਚਾਰੇ ਪਰ ਬਾਅਦ ਚ ਮੈਨੂੰ ਫੀਲ ਜਿਹਾ ਹੋਇਆ ਜਦੋਂ ਸਾਰੇ ਰੋਣ ਲੱਗ ਗਏ ਮੈਂ ਕਿਹਾ ਹੁਣ ਤਾਂ ਮੈਂ ਸੀਰੀਅਸ ਹਾਂ ਉਹਦਾ ਦੇਖੀ ਜਾਂਦੇ ਨੇ ਕੀ ਹੋ ਰਿਹਾ ਨਾ ਕਿਵੇਂ ਦੇ ਦੇਖੀ ਜਾਂਦੇ ਤੁਸੀਂ ਐਂ ਜੇ ਅੱਖਾਂ ਕਰਨੀਆਂ ਵੀ ਮੇਰੇ ਅੱਖਾਂ ਚ ਨਾ ਪੈ ਜੇ ਨਹੀਂ ਮੈਂ ਅੱਗੇ ਅੱਗੇ ਜਾ ਰਿਹਾ ਸੀ ਮੈਂ ਕਿਤੇ ਮੇਰੇ ਮੂੰਹ ਨੂੰ ਨਾ ਮਾਰੇ ਮੈਂ ਮੇਰੀ ਮੰਮਾ ਚਾੜੀ ਰੋ ਰਹੀ ਪਿੱਛੇ ਅੱਥੇ ਮੇਰਾ ਵੀ ਹੋ ਗਿਆ ਇਹ ਸਾਡਾ ਫਰੈਂਡ ਆ ਬਿੱਲੂ ਬਿੱਲੂ ਗਾਇਸ ਸਾਡੀ ਸਾਰੀ ਫੈਮਿਲੀ ਰੋਈ ਮਾਮਾ ਜੀ ਮੇਰਾ ਬ੍ਰਦਰ ਮੇਰੇ ਡੈਡੀ ਹਨਾ ਮੇਰੇ ਮਾਸੜੀ ਸਾਰੇ ਸਾਡੀ ਫੈਮਿਲੀ ਚ ਵੀ ਸਾਰੇ ਰੋ ਰਹੇ ਸੀ ਮਤਲਬ ਕਿ ਸਾਡੇ ਫੈਮਿਲੀ ਚ ਨਾ ਇੱਕ ਗਰਲ ਚਾਈਲਡ ਦੀ ਅਸੀਂ ਸਾਰੇ ਭਾਈ ਆ ਸਾਰੇ ਮੁੰਡੇ ਆ ਬਟ ਗਰਲ ਚਾਈਲਡ ਦੀ ਬਹੁਤ ਜ਼ਿਆਦਾ ਰਿਸਪੈਕਟ ਆ ਹਨਾ ਉਹ ਸਮਝਦੇ ਨੇ ਫੀਲਿੰਗਸ ਨੂੰ ਹਨਾ ਵੀ ਕਿੰਨਾ ਔਖਾ ਹੁੰਦਾ ਤੇ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਐਕਚੁਅਲੀ ਵਿਆਹ ਤੋਂ ਕੁਛ ਦਿਨ ਪਹਿਲਾਂ ਹੀ ਮੈਂ ਲੱਗ ਗਈ ਸੀਗੀ ਇਹ ਮਾਸੜ ਜੀ ਮੇਰਾ ਬਹੁਤ ਜ਼ਿਆਦਾ ਕਰਦੇ ਆ ਵੀ ਬਹੁਤ ਜ਼ਿਆਦਾ ਰੋਏ ਸੀਗੇ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਮੈਂ ਮਸਾਂ ਹੀ ਚੁੱਪ ਹੋਈ ਹਾਂ ਰੋਣੋਂ ਅਤੇ ਆਹ ਮਾਸੜ ਜੀ ਨਾਲ ਵੀ ਮੈਂ ਬਹੁਤ ਪਿਆਰ ਹਾਂ ਨਵੀਂ ਦੇ ਪਾਪਾ ਨੇ ਹੀ ਨਾ ਇਹ ਮੇਰੀ ਕਜ਼ਨ ਆ ਮੇਰੇ ਮੰਮਾ ਦਾ ਬੜਾ ਬੁਰਾ ਹਾਲ ਸੀਗਾ ਬਹੁਤ ਜ਼ਿਆਦਾ ਰੋ ਰਹੇ ਸੀਗੇ ਮੈਂ ਸੋਚਿਆ ਨਹੀਂ ਸੀ ਮੈਂ ਇੰਨਾ ਰੋਊਂਗੀ ਬਟ ਮੇਰੇ ਤੋਂ ਕੰਟਰੋਲ ਨਾ ਹੋਏ ਮੈਂ ਇੰਨਾ ਰੋਣਾ ਨਿਕਲ ਜਾਵੇ ਈਵਨ ਕਿ ਘਰੇ ਜਾ ਕੇ ਵੀ ਇੱਧਰ ਬਾਥਰੂਮ ਚ ਵੜ ਵੜ ਰੋ ਰਹੀ ਸੀ ਮੇਰਾ ਇੰਨਾ ਰੋਣਾ ਆ ਰਿਹਾ ਸੀ ਹੋਰ ਕੋਮਲ ਵੀ ਆਈ ਸੀ ਨਾ ਇੱਧਰ ਸਾਡੇ ਘਰ ਤੇ ਦੋਏ ਬਾਥਰੂਮ ਚ ਵੜ ਵੜ ਕੋਮਲ ਮੇਰੇ ਨਾਲ ਆ ਰਹੀ ਸੀ ਮੈਂ ਨਾ ਬਾਥਰੂਮ ਚ ਵੜ ਕੇ ਰੋਣ ਲੱਗ ਗਈ ਕੋਮਲ ਮੈਨੂੰ ਕਹੀ ਮੈਨੂੰ ਵੀ ਵੜ ਲਾਉਡ ਉਹ ਮੈਨੂੰ ਦੇਖ ਕੇ ਦੋਏ ਰੋਈ ਜਾਣ ਫਿਰ ਮਸਾਂ ਚੁੱਪ ਕਰ ਰਹੇ ਸੀਗੇ ਦੋਏ ਰੋਈ ਜਾਣ ਇਹ ਕੋਮਲ ਜੀ ਉਰੇ ਵੀ ਅੱਖਾਂ ਹੀ ਭਰ ਲਈਆਂ ਕਿਨੂੰ ਨੇ ਯਾਰ ਇਹ ਬਹੁਤ ਜ਼ਿਆਦਾ ਨਾ ਹਾਰਡ ਟਾਈਮ ਹੁੰਦਾ ਮੈਂ ਬਸ ਆਈ ਸੀ ਮੈਂ ਮੰਮਾ ਫੜ ਕੇ ਰੱਖ ਲਾਂ ਛੱਡਾ ਹੀ ਨਾ ਮੋਟੀ ਨਾ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਮੈਂ ਤਾਂ ਹੁਣ ਤੂੰ ਉਸ ਤੋਂ ਬਾਅਦ ਵਾਲੀਆਂ ਨਾ ਸਾਡੇ ਕੋਲ ਵੀਡੀਓਸ ਨਹੀਂ ਹੈਗੀਆਂ ਪਤਾ ਨਹੀਂ ਕਿਉਂ ਪਤਾ ਨਹੀਂ ਵੀਡੀਓਸ ਨਹੀਂ ਹੈਗੀਆਂ ਬਟ ਪਿਕਚਰਸ ਨੇ ਸੋ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀਗੇ ਇੱਥੇ ਹਾਂ ਘਰੇ ਆਏ ਸੀਗੇ ਤੇ ਮਸਾਂ ਹੀ ਮੇਰਾ ਰਸਤੇ ਦੇ ਵਿੱਚ ਰੋਕ ਕੇ ਨਾ ਰੋਣਾ ਬੰਦ ਕਰਵਾ ਕੇ ਕੋਮਲ ਨਾਲ ਸੀ ਫਿਰ ਅਸੀਂ ਇੱਥੇ ਡਾਂਸ ਕੀਤਾ ਸੀ ਹਨਾ ਤੇ ਫਿਰ ਲੈ ਕੇ ਆਏ ਸੀ ਇੱਥੇ ਜਿਵੇਂ ਮਾਸੀ ਜੀ ਨੇ ਤੇ ਮੰਮਾ ਜੀ ਨੇ ਦੋਨਾਂ ਨੇ ਪਾਣੀ ਵਾਰ ਕੇ ਪੀਤਾ ਸੀਗਾ ਆਈ ਐਮ ਲੱਕੀ ਕਿ ਮੈਨੂੰ ਇੰਨਾ ਪਿਆਰ ਮਿਲਿਆ ਕਿ ਹਨਾ ਦੋ ਦੋ ਮਾਵਾਂ ਦਾ ਸਾਰੇ ਘਰ ਜਾ ਕੇ ਵੀ ਤੇ ਬਸ ਇੱਥੇ ਸਾਡੀ ਐਂਟਰੀ ਹੋ ਰਹੀ ਆ ਤੇ ਫਿਰ ਅਸੀਂ ਡਾਂਸ ਕੀਤਾ ਸਾਰੀ ਦੇ ਦੋ ਮੈਂ ਸਾਰੀ ਪਰਸ ਫੜਾ ਰਹੀ ਸੀ
फिर कहना चलो थोड़े जे दे दो, थोड़े जे ले ले सी बाद च। फिर मैं जिन्ने भी मेरा हाथ पे मैं देते सी ते ऐसी साड़ी लास्ट वीडियो यार इन्ना दिन आज ना पूरा पूरे जड़े फंक्शन सी गया सी द्वारा है ना जी ले ते बहुत वधिया लग गया ते टाइम है ना बार बार नहीं आना हुंदा ते वी आर ग्लैड कि असीं बहुत ज्यादा इंजॉय किया। वी आर ग्लैड कि है ना सारयां दी सहमति नाल खुशी नाल सारा कुछ हो गया ते बहुत लकी फील करदे आं असीं। चलो गाइस डोली देख के मेरा मन खराब हो गया दोबारे। सो गाइस ये सी वेडिंग दी लास्ट वीडियो ते हुण डेली ब्लॉगिंग शुरू होगी कल तो। ते जिन्हां ने नहीं सबसक्राइब किया प्लीज सबसक्राइब कर लो। हजे भी 40% लोगों ने सबसक्राइब नहीं किया जिहड़ा साडा चैनल देखदे आ। सो प्लीज सबसक्राइब कर लो ते मिलदा थानू कल दी वीडियो च। बाय।